मकबूला पिछो दितू आंदा के बहन चो दिया कुत्ती उस मार करनी कुत्ती छड़ना कोनो कुत्ती ओ चाचा गुलटर रहना है ना गुलटर रहना है उतरे मुंह ते जुप्पे हो यार अरे कुत्ते छड़े हां गुलटर रहना है यार कुत्ती पूछ लो यार ओदा मैं काम दीगर वेखे ओ सुन ना त्रे दीगर ओदा मैं काम वेखे यार ओ सुना तो मुड़ सुना मैं सरू ढाक ए पाबली खानु हराज एक मैं चार पांच दा से बढ़ गयो से ਦਿੱਤੂ ਤਾਂ ਜਾਂਦੇ ਅੱਗੋ ਕੁੱਤੇ ਚਮੜੇ ਹੋਏ ਪਿੱਛੋਂ ਸਲਤਾ ਚਾਲ ਗਈ ਆਂਦਾ ਇਹ ਦੀਦਾ ਵੇਂਦੇ ਕਿ ਕੁੱਤੇ ਦਿੱਤੂ ਦੀ ਆਏ ਅੱਜ ਸ਼ੁਰੂ ਕਰ ਦਿੱਤਾ ਤੇ ਮੈਂ ਆਂਦਾ ਪਿਆ ਵਧਿਆ ਕੁੱਤਿਆਂ ਨੂੰ ਨਾ ਮਾਰ ਬਿਆ ਕੁੱਤੇ ਮਰ ਜਾਏ ਮਾਰੇ ਵਦੇ ਬਾਹਰੇ ਨੂੰ ਮਰਿਆ ਉਹ ਮਾਰਿਆ ਨਾ ਫੌੜਾ ਪਤਾ ਨਹੀਂ ਖਾਨੂੰ ਕਿਹੜਾ ਉਹ ਫੌੜਾ ਉਹਨੂੰ ਲੱਗ ਕੇ ਬਾਹਰ ਲੈਂਦਾ ਕੁੱਤੇ ਦੇ ਨੱਕ ਤੇ ਲੱਗਾ ਮੇਰੇ ਕੁੱਤੇ ਉਹ ਤਾਂ ਛੱਡ ਕੇ ਕਹੂ ਕਹੂ ਕਰਕੇ ਭੱਜ ਗਿਆ ਕੁੱਤੇ ਨੂੰ ਸੱਦਿਆ ਮੈਂ ਆਖੋ ਮੈਂ ਥਾਂ ਹੀ ਹਟਿਆ ਰਹਾਂ ਕੁੱਤਾ ਫੌੜਾ ਆਇਆ ਮੁੜ ਜਾ ਪ ਗਿਆ ਅਸੀਂ ਹੁਣ ਮਰਨ ਦੇ ਆਪਣੇ ਹਾਂ ਤਾਂ ਹਨੇ ਭਾਉ ਨੂੰ ਸੱਦਿਆ ਭਾਉ ਅਸੀਂ ਫੱਦੇ ਬਣੇ ਹਾਂ ਤਾਂ ਇਹਨੂੰ ਫਾਇਰ ਮਾਰ ਆਉਂਦਾ ਨਾ ਨਾ ਮੇਰਾ ਫਾਇਰ ਹੈ ਹੀ ਕੋਈ ਨਾ ਉਹ ਸਾਖਿਆ ਕੂੜ ਮਰਨ ਦੇ ਡਰਦੋ ਇਹਨਾਂ ਬੜੇ ਚੱਲੇ ਉਹ ਫੌੜਾ ਸਾਡੀ ਸੋਹਣੀ ਉਸ ਅਸੀਂ ਹੁਣ ਛਿਪ ਕੇ ਲਈ ਬਣੇ ਉਹਨੂੰ ਬਾਹਰ ਕੁੱਤਿਆਂ ਤੋਂ ਮਰੇ ਸਾਂ ਅਤੇ ਵੜਿਆ ਇੱਕ ਵਾਰ ਤਾਂ ਨਾਲ ਹੀ ਕਿਤੇ ਸਿੱਧੀ ਤਾਂ ਮੈਂ ਹਟਾ ਛੱਡੀ ਮੈਂ ਆਖਿਆ ਕੁੱਤਿਆਂ ਤੋਂ ਮਰਾ ਆਪਣਾ ਦੂਈ ਵਾਰੀ ਬਾ ਪਤਾ ਨਾ ਲੱਗਣ ਤਾਂ ਟਬਾ ਦਿੱਤੀ ਮਰ ਗਿਆ ਕੀ ਕੀਤਾ ਉਹ ਅਖੇ ਜੀ ਆਸ ਕੋ ਸ਼ਾ ਮੋਲ ਲੈਣੀ ਕੋ ਅਸਰ ਕੁੱਤੀ ਵਾਲੇ ਸੁਣਾਵੇ ਕੋ ਸਰਲ ਜਿਹੜੀ ਪੈਣਾ ਅਸਰ ਦੀ ਅਜ਼ਾਨ ਆਈ ਹੋ ਤਾਂ ਮੈਂ ਲਾਈ ਬਤ ਰੁਬੇ ਪਾਣੀ ਬਾਕੀ ਇਸ ਤੋਂ ਬੱਚੋ ਅੱਛਾ ਹੁਣ ਕਿਹੜਾ ਇੱਥੇ ਹੈ ਅਗਲੇ ਹੁਣ ਸੁਣਾਉਂਦੇ ਨਹੀਂ ਖਤਮ ਹੋ ਖੈਰੇ ਕਿਹੜਾ ਜਿਹੜਾ 21 ਕਿੱਲਾ ਨਾ ਅੰਬਾ ਵਾਲਾ ਗੱਲ ਸੁਣੋ ਯਾਰ ਗੱਲ ਸੁਣੋ ਇੱਥੇ ਜਨਾਬ ਇਮਰਾਨ ਰੌਣੀ ਆ ਕੁੱਤੀ ਦੀ ਗੱਲ ਸੁਣ ਲਾ ਇਮਾਨਦਾਰ ਦੀ ਗੱਲ ਮੈਂ ਤਾਂ ਹੈਰਾਨ ਹਾਂ ਮੈਂ ਜ਼ਿੰਦਗੀ ਚ ਕਦੀ ਇੱਡੀ ਮਰਦਾਨੀ ਕੀ ਸ਼ਾਹ ਨਹੀਂ ਉਹ ਹੋਵੇ ਬਾਹਰ ਲਈ ਉਹ ਕੁੱਤੀ ਜਨਾਬ ਉਹ ਮੂੰਹ ਕਿਦਾ ਨਾਸਾਂ ਜੀਆਂ ਨਪੀ ਹੋਈਆਂ ਉਹ ਦਿੱਤੂ ਵਾਲੀ ਦਿੱਤੂ ਵਾਲੀ ਚਿੱਟੀ ਕੁੱਤੀ ਇੱਕ ਦਿਨ ਅੱਧੇ ਘੰਟੇ ਬਾਅਦ ਆਇਆ ਕੁੱਤੀ ਹੁਲੇੜ ਜਿੱਸੇ ਕਾਏ ਨਾ ਉੱਦੀ ਦਾ ਮੂੰਹ ਵਿੱਚ ਤੁਨੇ ਹੋਇਆ ਤਾਂ ਬਾਹਰੋਂ ਤੜਫੇ ਹੋ ਰੌਣੀ ਹੋਈ ਪਈ ਹੋਵੇ ਪੱਕੀ ਰੌਣੀ ਕਬਾ ਦੀ ਅੱਛਾ ਇਹ ਜਨਾਬ ਇਹਦੂ ਛੋਟੇ ਦੇ ਕੁਆੜੀ ਇਹਦਾ ਫਿਤਰੇ ਹਨੀਫ ਵੀ ਆਏ ਉਹਦੇ ਨਾਲ ਲੱਤ ਵੱਢ ਸੱਟੇ ਹਾਂ ਉਹ ਨਾ ਜਨਾਬ ਉਹ ਉਹਦਾ ਯਾਰ ਕਿਤੇ ਹਾਂ ਹਾਂ ਕਿਤੇ ਕੋਈ ਹਨੀਫ ਕਿਹੜਾ ਹਨੀਫ ਯਾਰ ਬਸ਼ਕੇ ਦਾ ਇਹਦਾ ਫਿਤਰੇ ਹੈ ਬੜਾ ਫਿਤਰੇ ਹੈ ਸ਼ਬੀਕਾ ਦਾ ਬਿਰਾ ਅੱਛਾ 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 ਮੁਰਬੇ ਚ ਜਨਾਬ ਇਹ ਨਾ 5 ਕਿੱਲੇ ਗੱਡੋ ਆਣ ਦਿੱਤੂ ਰਾਂ ਹੈ ਬਾਬੇ ਨੂਰੇ ਕਹਿੰਦਾ ਉਹ ਮੈਂ ਵੇਖਿਆ ਉਹ ਮੈਨੂੰ ਯਾਰ ਆਪਾ ਕੋ ਯਾਰ ਇੱਥੇ ਤਾਂ ਕੁੱਤੀ ਤੇ ਬਾਹਰ ਲਈ ਵੇਖੀ ਮੈਂ ਕੋਈ ਆਉ ਬਾਹਰ ਦੇ ਵਿੱਚ ਕੱਤੀ ਨੂੰ ਮਰੇਂਦੀ ਹੁਲੇੜ ਦੇ ਤੇ ਪਤਾ ਨਹੀਂ ਵਿੱਚ ਕਾ ਸ਼ਾ ਹੈ ਕਿ ਨਹੀਂ ਬਾ ਕੁੱਤੀ ਵੇਖੀ ਉਹ ਤਾਂ ਕਸਮ ਵਾਲੀ ਗੱਲ ਦਿੱਸੀ ਨਹੀਂ ਮੈਨੂੰ ਇਹ ਮੈਂ ਭਾਜ ਕੇ ਗਿਆ ਤੇ ਥੀ ਮੈਂ ਹੈਰਾਨ ਹੋ ਗਿਆ ਅੱਲਾ ਦੀ ਸਮੂਦਾ ਵੇਖਿਆ ਵੀ ਵਾਕਈ ਜ਼ਿੰਦਗੀ ਇਹ ਉਹ ਮਾਰਦਾ ਫਰ ਵਾਲੇ ਕੁੱਤੇ ਦੀ ਮਾਂ ਹੈ ਮਾਂ ਮੈਂ ਕਿਹਾ ਵਾਕਈ ਕੁੱਤੀ ਕੁੱਤੀ ਇੱਥੇ ਜਨਾਬ ਨਾਸਾਂ ਨਾ ਪੀ ਹੋਈਆਂ ਦਿੱਤੂ ਜਨਾਬ ਜਾਂਦੇ ਪਿਛਲੇ ਲੱਤਾਂ ਨੱਪ ਗਿਆ ਬਾਹਰਲੀ ਦੀ ਕੁੱਤੀ ਬਾਹਰੋਂ ਛੇਕ ਕੇ ਬਾਅਦ ਲੈ ਆਉਂਦੋ ਇਹ ਜਿਹੜਾ ਇਹਦਾ ਪਿਤਰੇ ਰਹੇ ਉਹ ਕੁਆੜੀ ਆਏ ਉਹ ਦਿਲ ਦੱਬੀ ਨਾ ਯਾਰ ਦਿੱਤੂ ਛੱਡੀ ਨਾ ਤੂੰ ਥੱਕੀ ਨਾ ਕੁਆੜੀ ਤੇ ਲੱਥ ਵਾੜ ਦੱਟੀ ਹੈ ਕੱਟ ਦਿੱਤੀ ਉਸ ਨੂੰ ਕੁੱਤੀ ਇਹਨੇ ਬਾਹਰਲੀ ਮਾਰ ਦਿੱਤੀ ਜਨਾਬ ਉੱਥੇ ਬਾਹਰਲੀ ਚੀਕਦੀ ਰਹੀ ਹੈ ਬੜਾ ਚਿਰ ਪਿੱਛੇ ਉਹ ਨਹੀਂ ਉਹਨੇ ਡਾਂਗਾ ਨਾ ਮਾਰੀ ਉਹ ਅਜ਼ੀਤਾਂ ਦੇ ਕੇ ਨਾ ਮਾਰੀ ਇਹਨੇ ਛੋਟੇ ਛੋਟੇ ਨਾ ਮਾਰੀਆਂ ਅੱਜ ਇੱਥੇ ਕੁਆੜੀਆਂ ਦੋ ਤਰ੍ਹਾਂ ਮਾਰੀਆਂ ਇਹਦੇ ਪਿਤਰੇ ਉਦੋਂ ਮੈਂ ਵੇਖਾਂ ਵੀ ਮਾਸ ਇੰਜੇ ਵੀ ਕੁਆੜੀ ਵਾਪਸ ਸੱਟੇ ਦੀ ਹੈ ਉਹ ਕੁਆੜੀ ਨੂੰ ਪਹਿਲ ਕੇ ਧੱਕੇ ਨਾ ਜ਼ੋਰ ਨਾਲ ਕੁਆੜੀ ਦੇ ਲਿਫੇ ਉੱਤਾਂ ਨਾ ਤਲ ਉੱਤਾਂ ਵਟੇ ਸਕਦੇ ਅੱਗੋ ਨੱਕ ਵਟੇ ਅੱਛਾ ਮੋੜ ਮਾਰ ਕਤੀ ਨੇ ਬੜਾ ਘੰਟਾ ਲਾ ਸਕ ਤਨ ਮਹਦਿਆਤ ਕਰ ਜਾਵਾਂ ਇਹ ਸਤਾਰ ਅਗਰ ਮਰਨਾ ਚਾਹੇ ਤਾਂ ਮਰਨਾ ਦੇ ਅਗਰ ਇਹ ਮਰਨਾ ਚਾਹੇ ਬਿਲਕੁਲ ਮਰਦਾ ਤੇ ਫਿਰ ਤਹਿਰੀਰਾਂ ਕਰ ਲਿਓ ਸਾਰੀਆਂ ਕੋਈ ਤੋਂ ਬੜੇ ਨੁਸਖੇ ਨੇ ਸ਼ਕਰੀ ਤੂੰ ਅਮਲ ਕਰ ਅੱਛਾ ਇਮਰਾਨ 1988 ਦੇ ਵਿੱਚ ਜਿਹੜੀ ਛਲ ਆਈ ਹੈ ਨਾ